गल यूएसए की करन जा रहे हैं। असी पहला भी कई वीडियोज़ बनाईया ने, उस तो बाद साढ़े को स्टूडेंट्स के ढेर सारे सवाल और खास तौर पर स्टूडेंट ये जानना चाहते हैं कि यूएस अप्लाई करिए तो किहड़े पैरामीटर्स से जो है सानू वीज़ा मिल सकता है, किस तरह की प्रोफाइल नू बेस्ट सूटेबल मनिया जा सकता है यूएस के लिए, और किवें असी चंगी थान की भी चोण करिए, अपने कोर्सिस नू लैके असी किवें सही डिसीजन लईए। सो इसलिए अज असी स्पैशली वीडियो लैके आ रहे हैं, तुहानू होर कई खास गल्लां अज दी वीडियो के जरिए पता लगन जा रही ने। स्वागत है जी सारयां दा, मैं हरजोत कौर, ते अज यूएस नू लैके चंगीआं ऑप्शनस और तुहाडे सवालां दे जवाब सही ढंग नाल देणगे नैविगेटर्स ओवरसीज़ तो वीज़ा एक्सपर्ट मिसिज वीना गोयल मैम साडे नाल ने। बहुत बहुत स्वागत है जी, सत श्री अकाल। सत श्री अकाल, नमस्कार सारे। सो मैम का तकरीबन 26-27 साल का एक्सपीरियंस है और एक एक कंट्री नू लैके हर एक प्रोफाइल नू लैके एक नज़र दे विच मैम प्रोफाइल दे के दस सकते हैं कि बच्चा कितने अप्लाई इस नू करना चाहिए और किवें इस नू चंगी ऑप्शन और मिल सकती है। मैम अज आप यूएसए की गल कर रहे हैं, जो मैं स्टार्टिंग विच जो सवालों की गल की है, बहुत सारे सवाल ने स्टूडेंट्स के, पहला ये जरूर एक इंटरव्यू की तो चलो आप गल करते हैं, किहड़े बेसिक पैरामीटर स्ट्रोंग होने चाहिए ने जेकर यूएसए अप्लाई कर रहा स्टूडेंट तो वीज़ा उतों का चाहता है, ਕਿਹੜੇ ਪੈਰਾਮੀਟਰ ਹੋਣੇ ਚਾਹੀਦੇ ਆ ਯੂ ਐਸ ਵਾਸਤੇ? ਮੇਰੇ ਖਿਆਲ ਇੰਟਰਸਟਿੰਗ ਸਬਜੈਕਟ ਹੈ ਔਰ ਜਦ ਸਟੂਡੈਂਟ ਆਪਣੇ ਬਾਰੇ ਥੋੜ੍ਹਾ ਰਿਸਰਚ ਕਰੇ ਨਾ, ਕੋਈ ਵੀ ਸਟੂਡੈਂਟ ਹੋਏਗਾ ਜਾਂ ਆਪਣਾ ਪ੍ਰੋਫਾਈਲ ਹੋਏਗਾ ਉਹਦਾ ਰਿਸਰਚ ਵੀ ਕਰਨਾ ਚਾਹੇ, ਕਿਉਂਕਿ ਅੱਜ ਦਾ ਦਿਨ ਜਿਹੜਾ ਹੁਣ ਟੈਕ ਟਾਈਮ ਹੈ, ਟੈਕਨੋਲੋਜੀ ਦਾ ਟਾਈਮ ਹੈ, ਔਰ ਜੇ ਸਟੂਡੈਂਟ ਰਿਸਰਚ ਆਪਣੇ ਬਾਰੇ ਨਾ ਕਰਕੇ ਆਏ ਨਾ, ਫਿਰ ਸਾਨੂੰ ਵੀ ਥੋੜ੍ਹਾ ਜਿਹਾ ਮੁਸ਼ਕਲ ਲੱਗਦਾ। ਵਰਲਡ ਦੀ ਜੇ ਟਾਪ ਮੋਸਟ ਕੰਟਰੀ ਕਹੀਏ ਟੈਕਨੋਲੋਜੀ ਵਾਈਜ਼ ਜਾਂ ਹਰ ਉਸਦੇ ਵਿੱਚ ਜਿਹੜਾ ਪਾਵਰ ਵਾਈਜ਼ ਕਿਸੇ ਵੀ ਚੀਜ਼ ਦੀ, ਉਹ ਯੂ ਐੱਸ ਹੈ, ਠੀਕ ਹੈ ਨਾ। ਹੁਣ ਯੂ ਐੱਸ ਦੇ ਵਿੱਚ ਜੇ ਸਟੂਡੈਂਟ ਦੇ ਪੈਰਾਮੀਟਰ ਦੇਖੀਏ, ਅੱਛਾ ਸਟੂਡੈਂਟ ਲੈਂਦਾ, ਠੀਕ ਹੈ, ਬਹੁਤ ਸਾਰੀ ਯੂਨੀਵਰਸਿਟੀਜ਼ ਕਾਲਜਿਜ਼ ਹੈ ਜਿਹੜੇ ਵਿਦਆਊਟ ਆਇਲਸ ਵੀ ਲੈਂਦੇ ਆ, ਜਾਂ ਲੇਕਿਨ ਯੂ ਐੱਸ ਦੇ ਵਿੱਚ ਖਾਲੀ ਇਕੱਲਾ ਆਇਲਸ ਨਹੀਂ, ਆਇਲਸ ਤਾਂ ਪਹਿਲੇ ਐਕਸੈਪਟ ਹੀ ਨਹੀਂ ਕਰਦੇ ਸੀ, ਇਹਨਾਂ ਦੇ ਵਿੱਚ ਸੀਗਾ ਖਾਲੀ ਟੋਫਲ, ਫਿਰ ਹੌਲੀ ਹੌਲੀ ਟਾਈਮ ਚੇਂਜ ਹੋਇਆ, ਇਹਨਾਂ ਨੇ ਸਾਰੀ ਲੈਂਗੁਏਜਿਸ, ਅੱਜ ਦਾ ਦਿਨ ਇੱਕ ਖਾਲੀ ਇਕੱਲਾ ਯੂ ਐੱਸ ਇੱਦਾਂ ਦਾ ਕੰਟਰੀ ਹੈ, ਵਰਲਡ 'ਚ ਕੋਈ ਕੰਟਰੀ ਹੋਰ ਨਹੀਂ ਹੈ ਜਿਹੜੇ ਲੈਂਗੁਏਜਿਸ ਦੇ ਇੰਨੀ ਜ਼ਿਆਦਾ ਕੋਂਬੀਨੇਸ਼ਨ ਲੈਂਦੇ ਆ, ਜਿਹਦੇ ਵਿੱਚ ਕੋਈ ਮਰਜ਼ੀ ਇੰਗਲਿਸ਼ ਦੇ ਟੈਸਟ ਦਾ ਤੁਸੀਂ ਨਾਮ ਲਓ, ਸਾਰੇ ਇੰਗਲਿਸ਼ ਲੈਂਗੁਏਜ ਟੈਸਟ ਐਕਸੈਪਟਿਡ ਹੈ, ਠੀਕ ਹੈ, ਚਾਹੇ ਉਹ ਡੀਲਿੰਗ ਹੋਏ, ਪੀ ਟੀ ਹੋਏ, ਆਇਲਸ ਹੋਏ, ਟੋਫਲ ਹੋਏ, ਸਾਰੇ ਟੈਸਟ ਐਕਸੈਪਟਿਡ ਹੈ। ਟੋਫਲ ਦੇ ਵਿੱਚ ਤਾਂ ਇੱਕ ਅੱਛਾ, ਬਹੁਤ ਅੱਛਾ ਪੁਆਇੰਟ ਹੈ ਕਿ ਟੋਫਲ ਦੇ ਵਿੱਚ ਜੇ ਬੱਚਾ ਇਗਜ਼ਾਮ ਦਿੰਦਾ, ਕਿਸੇ ਮਡਿਊਲ 'ਚ ਥੋੜ੍ਹਾ ਘੱਟ ਆ ਜਾਂਦਾ ਔਰ ਦੁਬਾਰਾ ਦਿੰਦਾ, ਤਾਂ ਦੋਨਾਂ ਦਾ ਬੈਸਟ ਸਕੋਰ ਮਿਲਾ ਕੇ ਫਾਈਨਲ ਰਿਜ਼ਲਟ ਦਿੰਦੇ ਆ, ਸ਼ਾਇਦ ਸਟੂਡੈਂਟਸ ਨੂੰ ਇਹ ਪਤਾ ਨਹੀਂ ਹੁੰਦਾ, ਅਤੇ ਦਿਸ ਇਜ਼ ਵੈਰੀ ਗੁੱਡ ਪੁਆਇੰਟ ਸਟੂਡੈਂਟਸ ਫੋਰ ਯੂ। ਹੁਣ ਯੂ ਐੱਸ ਦੇ ਵਿੱਚ ਜਿਹੜਾ ਬੱਚਾ ਜਾਣਾ ਚਾਹੁੰਦਾ, ਉਹਦੇ ਵਿੱਚ ਥੋੜ੍ਹਾ ਜਿਹਾ ਕੌਨਫੀਡੈਂਸ ਹੋਣਾ ਚਾਹੀਦਾ, ਠੀਕ ਹੈ, ਕੌਨਫੀਡੈਂਸ ਹੋਏਗਾ, ਇੰਟਰਵਿਊ ਹੁੰਦਾ, ਦੋ ਤੋਂ ਤਿੰਨ ਚਾਰ ਕੁਸ਼ਚਨ ਪੁੱਛਦੇ ਆ, ਐਂਡ ਵੀਜ਼ਾ ਇਜ਼ ਗਰੈਂਟਿਡ, ਦੈਟਸ ਅ ਬਿਊਟੀਫੁਲ ਥਿੰਗ। ਹੁਣ ਉਸ ਤੋਂ ਪਹਿਲੇ ਕੀ ਚਾਹੀਦਾ? ਤੁਹਾਨੂੰ I-20 ਚਾਹੀਦੀ ਹੈ ਜਿਹਦੇ ਵਾਸਤੇ ਅਪਲਾਈ ਕਰਨਾ, ਤੁਹਾਡੀ ਜਿੰਨੀ ਮੰਨ ਲਓ ਪਲੱਸ ਟੂ ਦਾ ਬੱਚਾ, 10th+2 ਦੇ ਗ੍ਰੈਜੂਏਸ਼ਨ ਦਾ ਬੱਚਾ, ਅਤੇ ਉਹਦੇ ਜਿਹੜਾ ਗ੍ਰੈਜੂਏਸ਼ਨ ਅਤੇ ਗ੍ਰੈਜੂਏਸ਼ਨ ਤੱਕ ਦੇ ਡਾਕੂਮੈਂਟਸ, ਹਰ ਸਟੂਡੈਂਟ ਚਾਹੇ ਉਹ ਅੰਡਰ ਗ੍ਰੈਡ ਹੋਏ, ਪੋਸਟ ਗ੍ਰੈਡ ਹੋਏ, ਜਾਂ ਬਾਈ ਰਿਸਰਚ ਹੋਏ, ਮੀਨਸ ਜਿੰਨੇ ਰਿਸਰਚ ਵਾਸਤੇ ਵੀ ਜਾਣਾ ਹੋਏ, ਉਹਨਾਂ ਤੋਂ ਰੈਫਰੈਂਸ ਲੈਟਰ ਮੰਗੇ ਜਾਂਦੇ ਆ ਟੀਚਰਸ ਦੇ, ਅਤੇ 2 ਤੋਂ ਲੈ ਕੇ 3 LOR ਲੈਟਰ ਆਫ ਰੈਫਰੈਂਸ ਜਿਹਨੂੰ ਕਿਹਾ ਜਾਂਦਾ, ਉਹ ਜ਼ਰੂਰ ਸਟੂਡੈਂਟ ਜਦ ਸਾਡੇ ਕੋਲ ਆਏ ਉਹ ਲੈ ਕੇ ਆ ਸਕਦਾ, ਜਾਂ ਅਸੀਂ ਉਹਨੂੰ ਫਾਰਮੈਟ ਦੇ ਦਾਂਗੇ, ਫਾਰਮੈਟ ਦੀ ਲੋੜ ਨਹੀਂ ਹੈ, ਜਿਨ ਤੁਸੀਂ ਇੰਟਰਨੈਟ 'ਤੇ ਖਾਲੀ LOR ਸਰਚ ਕਰੋ, ਤੁਹਾਨੂੰ ਬਹੁਤ ਅੱਛੇ ਅੱਛੇ ਉਹ ਮਿਲ ਜਾਣਗੇ ਜਿਹਨੂੰ ਕਹਿਣਾ ਚਾਹੀਦਾ ਹੈ ਸੈਂਪਲ, ਬਟ ਉਹ ਸੇਮ ਨਹੀਂ ਯੂਜ਼ ਕਰਨਾ, ਕਿਉਂਕਿ ਉਹ ਯੂਨੀਵਰਸਿਟੀਆਂ ਨੂੰ ਜਿਹੜਾ ਪਲੈਗਰੀਜ਼ਮ ਦਾ ਚੱਕਰ ਹੁੰਦਾ, ਉਹਦੇ ਵਿੱਚ ਤੁਸੀਂ ਕੁਛ ਵਰਡਿੰਗ ਚੇਂਜ ਆਪ ਕਰੋ, ਕੁਛ ਉਹਨਾਂ ਤੋਂ ਸੈਂਪਲ, ਮੀਨਸ ਕਿ ਤੁਹਾਨੂੰ ਆਈਡੀਆ ਪਤਾ ਚੱਲ ਜਾਂਦਾ LOR ਕਿੱਦਾਂ, ਜਿੰਨੀ ਸੋਹਣੀ LOR ਤੁਹਾਡੀ ਹੋਏਗੀ ਉਨੇ ਹੀ ਤੁਹਾਡੇ ਸਕੋਲਰਸ਼ਿਪ ਦਾ ਜਿਹੜਾ ਆਪਸ਼ਨ ਜ਼ਿਆਦਾ ਹੋਏਗਾ, ਕਿਉਂਕਿ ਤੁਹਾਡੀ ਪਰਸੈਂਟੇਜ ਅੱਛੀ ਹੋਏ, ਲੈਂਗੁਏਜ ਸਕਿੱਲਸ ਅੱਛੇ ਹੋਏ, LOR ਅੱਛੀ ਹੋਏ, ਤੁਹਾਨੂੰ ਜਿਹੜੀ ਹੈ ਟੋਟਲ ਫਰੀ ਜਿਹੜਾ ਟੋਟਲ ਫਰੀ ਵੀ ਹੋ ਸਕਦੀ ਹੈ US ਦੀ ਸਟੱਡੀਜ਼, ਬਟ ਇਟ ਡਿਪੈਂਡਸ ਔਨ ਯੂਅਰ ਪ੍ਰੋਫਾਈਲ। ਇਹ ਪ੍ਰੋਗਰਾਮ ਦੇਖ ਕੇ ਇਹ ਨਹੀਂ ਕਹਿਣਾ ਕਿ ਮੈਡਮ ਤੁਸੀਂ ਫਰੀ ਕਿਹਾ ਸੀ, ਫਰੀ ਦੇ ਵਾਸਤੇ ਬਹੁਤ ਸਾਰੇ ਕ੍ਰਾਈਟੀਰੀਆ ਹੁੰਦੇ ਹੈ। ਹਾਂ, ਤੁਹਾਨੂੰ ਜਿਹੜੀ ਸਕੋਲਰਸ਼ਿਪ ਬਹੁਤ ਅੱਛੀ ਵੀ ਲੱਗ ਸਕਦੀ ਹੈ, ਇਟ ਡਿਪੈਂਡਸ ਔਨ ਯੂਅਰ ਲੱਕ, ਤੁਹਾਨੂੰ 50% ਲੱਗ ਸਕਦੀ ਹੈ, 70% ਲੱਗ ਸਕਦੀ ਹੈ, 20% ਲੱਗਦੀ ਹੈ, ਕਿਉਂਕਿ ਤੁਹਾਡਾ ਪ੍ਰੋਫਾਈਲ ਕਿੱਦਾਂ ਦਾ ਉਹਦੇ ਉੱਪਰ ਡਿਪੈਂਡ ਕਰਦਾ ਹੈ।
ਤੇ ਇਹ ਜਿਹੜਾ ਸਾਰਾ ਕੁਝ ਤੁਹਾਨੂੰ ਪ੍ਰੀ ਰਿਕੁਇਜ਼ਿਟ ਚਾਹੀਦੀ ਹੈ ਆਫਰ ਲੈਟਰ ਵਾਸਤੇ। ਆਫਰ ਲੈਟਰ ਦੇ ਬਾਅਦ ਨੈਕਸਟ ਸਟੈਪ ਹੁੰਦਾ ਹੈ ਸੈਵਿਜ਼ ਦਾ, ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ $350 ਜਾਂਦੇ ਆ। ਸੈਵਿਜ਼ ਫੀਸ ਗਾਰਮੈਂਟ ਫੀਸ ਹੈ। ਇਹ ਜਾਣ ਦੇ ਬਾਅਦ ਆਪਾਂ ਅਪੁਆਇੰਟਮੈਂਟ ਜਿਹੜੀ ਆ ਬੱਚੇ ਦੀ ਜਿਹੜਾ ਫਿਕਸ ਕਰ ਸਕਦੇ ਹਾਂ। ਅਪੁਆਇੰਟਮੈਂਟ ਲੈਣੀ ਪੈਂਦੀ ਹੈ, ਕਈ ਵਾਰੀ ਸ਼ੋਰਟੇਜ ਆਫ ਅਪੁਆਇੰਟਮੈਂਟਸ ਹੁੰਦੀਆਂ, ਇਹ ਥੋੜ੍ਹਾ ਜਿਹਾ ਸਟਰਗਲ ਹੁੰਦਾ। ਅਦਰਵਾਈਜ਼ ਯੂ ਐੱਸ ਦਾ ਵੀਜ਼ਾ ਇਜ਼ ਸੱਚ ਈਜ਼ੀ ਵੀਜ਼ਾ, ਤੁਹਾਨੂੰ ਜਿਹੜਾ ਜਾਂ ਥੋੜ੍ਹਾ ਜਿਹਾ ਕੋਨਫੀਡੈਂਸ ਆ ਆਇਲਸ ਕੀਤੀ ਨਹੀਂ ਕੀਤੀ ਡਜ਼ਨਟ ਮੈਟਰ, ਬਟ ਜੇ ਆਇਲਸ ਜਾਂ ਸੈਟ ਕੀਤਾ ਹੋਇਆ ਤੁਸੀਂ, ਜਾਂ ਅੰਡਰ ਗ੍ਰੈਡ ਸਟੂਡੈਂਟ ਹੋ, ਪੋਸਟ ਗ੍ਰੈਡ ਹੋ, ਤੁਸੀਂ ਜੀ ਆਰ ਈ ਜੀ ਮੈਟ ਕੀਤਾ ਹੋਇਆ, ਤਾਂ ਤੁਹਾਨੂੰ ਜਿਹੜੀ ਬਹੁਤ ਅੱਛੀ ਯੂਨੀਵਰਸਿਟੀਆਂ ਮਿਲ ਸਕਦੀਆਂ ਹੈ। ਜੀ ਬਿਲਕੁਲ। ਸੋ ਬਹੁਤ ਚੰਗੀਆਂ ਯੂਨੀਵਰਸਿਟੀਜ਼ ਬਾਰੇ ਅਗਰ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਸੀਂ ਕਿੱਥੇ ਅਪਲਾਈ ਕਰ ਸਕਦੇ ਹੋ, ਜ਼ਰੂਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਮੈਂ ਹਰ ਵਾਰੀ ਗੱਲ ਜ਼ਰੂਰ ਕਹਿੰਦੀ ਹਾਂ ਕਿ ਜਦ ਵੀ ਤੁਸੀਂ ਵਿਜ਼ਿਟ ਕਰਨਾ ਹੈ ਡਾਕੂਮੈਂਟ ਜ਼ਰੂਰ ਲੈ ਕੇ ਆਉਣੇ ਆ, ਕਿਉਂਕਿ ਤੁਹਾਡੇ ਡਾਕੂਮੈਂਟਸ ਦੀ ਅਸੈਸਮੈਂਟ ਕਰਨ ਤੋਂ ਬਾਅਦ ਹੀ ਤੁਹਾਨੂੰ ਚੰਗੀਆਂ ਆਪਸ਼ਨਸ ਜੋ ਹੈ ਗਾਈਡ ਕੀਤੀਆਂ ਜਾ ਸਕਦੀਆਂ ਨੇ। ਬਾਕੀ ਸਾਰੇ ਸਟੂਡੈਂਟ ਜੋ ਹੈ ਵੀਨਾ ਗੁਲ ਮੈਮ ਦੇ ਨਾਲ ਸੰਡੇ ਮੰਡੇ ਟਿਊਜ਼ਡੇ ਲਾਈਵ ਸੈਸ਼ਨ ਵਿੱਚ ਵੀ ਤੁਸੀਂ ਰਾਤ 8:30 ਵਜੇ ਜ਼ਰੂਰ ਜੁੜ ਸਕਦੇ ਹੋ, ਐਤਵਾਰ ਸੋਮਵਾਰ ਅਤੇ ਮੰਗਲਵਾਰ ਰਾਤ 8:30 ਵਜੇ। ਸੋ ਲਾਈਵ ਸੈਸ਼ਨ ਵਿੱਚ ਕਈ ਸਟੂਡੈਂਟਸ ਮੈਮ ਦੇ ਨਾਲ ਜੁੜਦੇ ਨੇ, ਆਪਣੀ ਪ੍ਰੋਫਾਈਲ ਵੀ ਡਿਸਕਸ ਕਰਦੇ ਨੇ, ਕਿਸ ਤਰ੍ਹਾਂ ਦੀ ਪ੍ਰੋਬਲਮ ਉਹਨਾਂ ਨੂੰ ਆ ਰਹੀ ਹੈ ਜਾਂ ਉਹਨਾਂ ਲਈ ਕਿਹੜੀ ਰਾਈਟ ਆਪਸ਼ਨ ਹੋ ਸਕਦੀ ਹੈ। ਮੈਮ ਦੇ ਨਾਲ ਲਗਾਤਾਰ ਕਈ ਸਟੂਡੈਂਟਸ ਜੁੜਦੇ ਨੇ, ਬਾਕੀ ਸਟੂਡੈਂਟਸ ਵੀ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਲਾਈਵ ਸੈਸ਼ਨ ਬਾਰੇ, ਤੁਸੀਂ ਜ਼ਰੂਰ ਇਸ ਟਾਈਮਿੰਗ 'ਤੇ ਮੈਮ ਨਾਲ ਜੁੜ ਕੇ ਜੋ ਹੈ ਅੱਗੋਂ ਲਈ ਗਾਈਡੈਂਸ ਲੈ ਸਕਦੇ ਹੋ। 26-27 ਸਾਲਾਂ ਦਾ ਜੋ ਤਜ਼ਰਬਾ ਹੈ ਉਸ ਵਿੱਚੋਂ ਆਪਣੇ ਲਈ ਇੱਕ ਮਾਹਿਰ ਸਲਾਹ ਜ਼ਰੂਰ ਲੈ ਸਕਦੇ ਹੋ। ਅਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਰਾਂਗੇ। US ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਸੀ, ਔਰ ਅੱਜ ਤੁਸੀਂ ਬਹੁਤ ਡਿਟੇਲ ਦੇ ਵਿੱਚ ਜੋ ਹੈ ਚੀਜ਼ਾਂ ਸਟੂਡੈਂਟਸ ਨੂੰ ਸਮਝਾਈਆਂ ਨੇ, ਅਤੇ ਉਸ ਤੋਂ ਬਾਅਦ ਆਈ ਹੋਪ ਸਟੂਡੈਂਟਸ ਨੂੰ ਬਹੁਤ ਕਲੈਰਿਟੀ ਹੋ ਗਈ ਹੋਏਗੀ। ਬਾਕੀ ਫਿਰ ਵੀ ਕੋਈ ਸਵਾਲ ਨੇ ਸਟੂਡੈਂਟਸ ਦੇ, ਤਾਂ ਸਾਡੇ ਨਾਲ ਜੋ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਉਹ ਸਵਾਲ ਸਾਂਝੇ ਕਰ ਸਕਦੇ ਹੋ, ਅਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮੱਚ। ਥੈਂਕ ਯੂ।